ਪਤਨ 90% ਪ੍ਰਾਈਵੇਟ ਹਸਪੀਟਲ ਪੰਜਾਬ ਦੇ ਜਿਹੜੇ ਬੰਦ ਪਏ ਜੀ ਤੇ ਉਹਨੀ ਸਰਕਾਰ ਨੂੰ ਨਾ ਉਹਨਾਂ ਬਾਰੇ ਬਿਲਕੁਲ ਆਫੀ ਬਣ ਗਿਆ ਭਈ ਆਦਾ ਵਕਤ ਪੈ ਗਿਆ ਦੁਨੀਆ ਨੂੰ ਹੈ ਮੱਲਿਆਵਾ ਭਾਰ ਕਿੱਥੇ ਫਿਰਦੇ ਆ ਸ੍ਰੀ ਜਗਤ ਉਹਨਾਂ ਨੂੰ ਸੱਜਿਆ ਕਿ ਜਿਹੜੇ ਤੁਸੀਂ ਮਸਲੇ ਉਠਾਏ ਨੇ ਹੁਣ ਤਾਂ ਮੋਟੇ ਬਣ ਗਿਆ ਕਾਟੋਂ ਦੇ किसान पहले बकरी लेकर चला फिर वापस आकर शेर को वहाँ छोड़ा और बकरी को वापस ले आया फिर बकरी को वहाँ छोड़ा और घास का गट्ठर लेकर चला और उस पार छोड़ आया चीनी वाले सारे ने वक्त पाता है नवी बीमारी लिया के सारी दुनिया वजते चाड़ती है बापू किन्नू आवा तवा बोली जाना तैनू नहीं पता कोरोना दी बीमारी लेके चीन वाले चीने आए कदों सारी दुनिया च वक्त पै गया उहदा कोरोना हां कोरोना ते बापू हुण पंजाब विच भी आ गया ते पंजाब भी लॉकडाउन हो जाना सुनो 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 आज तो पंजाब बंद ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਪੈ ਗਿਆ ਸਿਆਪਾ ਹੋ ਗਿਆ ਪੰਜਾਬ ਬੰਦ ਮਾਰਤੀ ਗਰੀਬ ਜਨਤਾ ਇਹਨਾਂ ਨੇ ਜਿਹੜੇ ਰੋਜ਼ ਤਾਜ਼ਾ ਕਮਾਉਂਦੇ ਸੀ ਤੇ ਤਾਜ਼ਾ ਖਾਂਦੇ ਸੀ ਹੁਣ ਉਹ ਕਿੱਥੇ ਜਾਣ ਉਹ ਸੁਣ ਲਓ ਜਿਉਂਦੇ ਰਹੇ ਤੇ ਕਮਾ ਵੀ ਲਵਾਂਗੇ ਤੇ ਖਾ ਵੀ ਲਵਾਂਗੇ ਅੰਦਰ ਵੜ ਜਾਓ ਤੁਹਾਨੂੰ ਪਤਾ ਬਾਹਰ ਨਹੀਂ ਨਿਕਲਣਾ ਕਿਸੇ ਨੇ ਜਿਹੜਾ ਬਾਹਰ ਨਿਕਲੂਗਾ ਉਹ ਕਰੋਨਾ ਲੈ ਕੇ ਆਊਗਾ ਕਿਸੇ ਦੇ ਘਰ ਚ ਕਰੋਨਾ ਹੈ ਨੀਗਾ ਮੇਰੇ ਆਖੇ ਲੱਗ ਕੇ ਅੰਦਰ ਵੜ ਕੇ ਉਹ ਸਾਰੀ ਉਮਰ ਪਈ ਕਮਾਉਣ ਵਾਸਤੇ ਖਾਦਮਾ ਨੂੰ ਖਾਂਦਾ ਸਭ ਕੁਛ ਅੰਦਰ ਵੜ ਜੂਗਾ ਤੇ ਬਚ ਜੂਗਾ ਜਿਹੜਾ ਬਾਹਰ ਰੋਇਆ ਕੀ ਹੋ ਗਿਆ ਨਹੀਂ ਸੁਣਦਾ ਉਹ ਤੂੰ ਮੂੰਹ ਚੱਕੀ ਬਾਹਰ ਤੁਰਿਆ ਫਿਰ ਉਹ ਕਾਕਾ ਕਰੋਨਾ ਹੋ ਗਿਆ ਪਰੇ ਹੋ ਕੇ ਖੜ ਉੱਥੇ ਪਹਿਲਾਂ ਹੱਥ ਧੋ ਕੇ ਆਈ ਅੰਦਰ ਤੈਨੂੰ ਨਹੀਂ ਪਤਾ ਕਰੋਨਾ ਆਵਾਜ਼ ਆਈ ਜਾਂਦੀ ਬਾਹਰ ਬਾਹਰ ਮਨਿਆਤੀ ਹੋਈ ਜਾਂਦੀ ਸੁਣਿਆ ਨੀ ਤੂੰ ਤੁਸੀਂ ਬੋਲੇ ਇਹ ਲੱਗਦੇ ਅੰਦਰ ਵੜ ਜਾਓ ਚੁੱਪ ਕਰਕੇ ਹੈ ਅੰਦਰ ਵੜੋ ਤੁਸੀਂ ਆ ਜਾਓ ਚਲੋ ਅੰਦਰ ਅੰਦਰ ਚਲੋ ਸਾਰੇ ਚਲੋ ਚਲੋ ਅੰਦਰ ਤੁਰੋ ਅੰਦਰ ਤੁਸੀਂ ਅੰਦਰ ਆਓ ਚਲੋ ਸਾਰੇ ਅੰਦਰ ਆ ਜਾਣੇ ਆ ਬਾਪੂ ਉਹ ਤੁਸੀਂ ਆਉਂਦੇ ਨਹੀਂ ਓਏ ਚਲੋ ਅੰਦਰ ਕੋਈ ਵੀ ਬੰਦਾ ਬਿਨਾ ਕੰਮ ਦੇ ਘਰੋਂ ਬਾਹਰ ਨਾ ਨਿਕਲੇ ਜੇ ਕੋਈ ਬਿਨਾ ਕੰਮ ਦੇ ਬੰਦਾ ਘਰੋਂ ਬਾਹਰ ਨਿਕਲਦਾ ਹੈ ਅਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਸਫਾਈ ਦਾ ਪੂਰਾ ਧਿਆਨ ਰੱਖੋ ਟੋਲੀਆਂ ਬਣਾ ਕੇ ਨਾ ਬੈਠੋ ਇੱਕ ਦੂਜੇ ਦੇ ਨੇੜੇ ਨਾ ਆਓ ਮਰਵਾ ਕੇ ਰੱਖਤਾ ਸੀ ਪੁਲਿਸ ਆ ਗਈ ਸੀ ਰਾਜਾ ਤੂੰ ਵੀ ਕਹਿੰਦਾ ਸੀਗਾ ਮੈਂ ਘਰੇ ਟੈਕ ਕੇ ਬੈਠ ਹੀ ਨਹੀਂ ਸਕਦਾ ਗਾ ਪੁਲਿਸ ਵਾਲਿਆਂ ਤੋਂ ਮੈਂ ਵੀ ਨਹੀਂ ਡਰਦਾ ਗਾ ਓਏ ਹੁਣ ਕਿਹੜਾ ਮੈਂ ਪੁਲਿਸ ਤੋਂ ਡਰਦਾ ਤੂੰ ਨਹੀਂ ਡਰਦਾ ਭੱਜ ਲੈ ਰਾਜੇ ਪੁਲਿਸ ਨਹੀਂ ਡਰਦਾ ਆ ਥੱਲੇ ਮੂੰਹ ਤੇਰਾ ਟੋਲੀਆਂ ਬਣਾ ਕੇ ਨਾ ਬੈਠੋ ਇੱਕ ਦੂਜੇ ਦੇ ਨੇੜੇ ਨਾ ਆਓ ਅਤੇ ਹੋਰ ਧਿਆਨ ਵਾਲੀ ਗੱਲ ਇਹ ਹੈ
ਗੋਭੀ 40 ਰੁਪਏ ਕਿਲੋ ਜੀ। ਸਹੀ ਸਹੀ ਰੇਟ ਲਾਓ, ਲੋਕਾਂ ਦੇ ਅੱਗੇ ਬਹੁਤ ਭੀੜ ਪਈ ਆ, ਕੋਈ ਹੋਰ ਲੁੱਟ ਮਚਾਈ ਹੋਈ ਆ। ਉਹ ਬਾਈ ਜੀ ਸਾਰਿਆਂ ਨੂੰ ਇਹੀ ਰੇਟ ਦਿੰਦੇ ਆ, ਤੈਨੂੰ ਕੋਈ ਨਵਾਂ ਰੇਟ ਨਹੀਂ ਲਾਇਆ। ਭੀੜ ਪਈ ਨਾ ਲੁੱਟ ਮਚਾਓ। ਉਹ ਬਾਈ ਜੇ ਤੂੰ ਲੈਣੀਆਂ ਲੈ, ਨਹੀਂ ਚੱਲ ਲੱਗੇ ਅਸੀਂ ਇਹੀ ਰੇਟ ਵੇਚਦੇ ਆ। ਆ ਜਾਂਦੇ ਆ ਸਰ, ਸਾਡੇ ਤੇ ਸਾਰੇ ਆਮ ਦੁਕਾਨਾਂ ਵਾਲੇ ਲੁੱਟ ਰਹੇ ਆ, ਸਾਡਾ ਕਾਨੂੰਨ ਕਰ ਕੀ ਰਿਹਾ ਇੱਥੇ ਦਾ? ਸ਼ਰਮ ਕਰੋ, ਸ਼ਰਮ ਮਾਫ ਕਰ ਦੋ ਜਨਾਬ, ਕੀ ਮਾਫ ਕਰ ਦੋ ਤੈਨੂੰ ਕਰ ਦੋ।
ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਾਹਰ ਕਰਫਿਊ ਲੱਗਾ ਹੋਇਆ ਹੈ, ਕੋਈ ਵੀ ਬਾਹਰ ਨਾ ਨਿਕਲੇ ਅਤੇ ਘਰ ਦੇ ਵਿੱਚ ਰਹਿ ਕੇ ਹੀ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਕਰਦੇ ਰਹੋ। ਬਾਪੂ ਯਾਰ ਮੈਂ ਤਾਂ ਬਾਹਰਲਾ ਮਾਹੌਲ ਵੇਖਣ ਜਾਣਾ। ਤੈਨੂੰ ਸਾਡੇ 'ਤੇ ਯਕੀਨ ਨਹੀਂ ਗਾ, ਤੂੰ ਬਾਹਰਲਾ ਮਾਹੌਲ ਵੇਖਣ ਜਾਣਾ। ਇਹਨੇ ਬਾਹਰ ਕਰਫਿਊ ਲੱਗਾ, ਆਵਾਜ਼ 'ਤੇ ਆਵਾਜ਼ ਆਈ ਜਾਂਦੀ ਕਰਫਿਊ ਲੱਗਾ, ਇਹਨੇ ਬਾਹਰ ਜਾਣਾ ਹੈ, ਬਾਹਰ ਜਾਣਾ। ਬਾਹਰ ਪੁਲਿਸ ਵਾਲੇ ਸੇਵਾ ਬਹੁਤ ਕਰਦੇ ਆ। ਐਂ ਯਾਰ ਸੇਵਾ ਕਿਵੇਂ ਕਰਦੇ ਆ, ਮੈਂ ਜੇ ਪੁਲਿਸ 'ਚ ਹੱਥ ਆਊਂਗਾ ਤਾਂ ਫੇਰ ਹੀ ਸੇਵਾ ਕਰਨਗੇ ਨਾ। ਬਈ ਆਪਾਂ ਨੂੰ ਤਾਂ ਪੁਲਿਸ ਤੋਂ ਬਹੁਤ ਡਰ ਲੱਗਦਾ। ਇਹ ਜਿਹੜਾ ਡਰੂਗਾ ਚੰਗਾ ਰਹੂਗਾ, ਜਿਹੜਾ ਨਾ ਡਰੂਗਾ ਉਹ ਪੱਥਾ ਬਣਾ ਕੇ ਆਉਂਦਾ ਵੇਖੀ ਬਾਹਰੋਂ। ਪਰ ਬਾਪੂ ਮੇਰੀ ਇੱਕ ਗੱਲ ਸੁਣ ਲਾ, ਮੈਂ ਤਾਂ ਬਾਹਰਲਾ ਮੌਲ ਵੇਖ ਕੇ ਆਊਂਗਾ। ਲੈ ਹੁਣ ਕੋਈ ਛਿੱਤਰ ਖਾ ਕੇ ਮੁੜਨਾ, ਮੈਂ ਤੂੰ ਹੁਣ ਲਿਖਾ ਲਾ ਭਾਵੇਂ, ਤੂੰ ਆ ਜਾ ਮੁੜਿਆ। ਜੇ ਮੈਂ ਹੱਥ ਆਊਂਗਾ ਤਾਂ ਫੇਰ ਹੀ ਆ ਨਾ, ਮੈਂ ਨਹੀਂ ਹੱਥ ਆਊਂਗਾ। ਜਾ ਓਏ ਦਰਵਾਜ਼ਾ ਲਾ ਤੂੰ, ਇਹਦੇ ਅਰਗੇ ਦੇ ਮਗਰ ਪੁਲਿਸ ਆ ਜਾਂਦੀ ਹੁੰਦੀ ਹੈ ਕਿ ਨਾਲ ਆਪਣੇ ਵੀ ਕੁੱਤੇ ਖਾਣੀ ਕਰੂਗੀ। ਆਓ ਚੱਲੀਏ ਅੰਦਰ, ਆ ਜਾਓ ਤੁਸੀਂ, ਚਲੋ ਆ ਜਾਓ। ਇੱਕ ਦੂਜੇ ਤੋਂ 2-3 ਮੀਟਰ ਦਾ ਫਾਸਲਾ ਬਣਾ ਕੇ ਰੱਖੋ ਔਰ ਇਸ ਮਹਾਮਾਰੀ ਤੋਂ ਬਚਾ ਰੱਖੋ। ਸਾਰੇ ਪਿੰਡ ਵਾਸੀਆਂ ਦਾ ਧੰਨਵਾਦ। ਬੁਲਾ ਨਾ ਆਜੋ ਦੋਸਤ ਨੂੰ। ਵੇਖ ਆਉਂਦਾ ਯਾਰਾਂ ਦਾ ਯਾਰ ਜਗਦੇਵ ਤਲਵੰਡੀ। ਅੱਜ ਤੋਂ ਬਾਅਦ ਜੇ ਬਾਹਰ ਦੇਖ ਲੈਣਾ ਤੁਹਾਨੂੰ ਚੱਕ ਕੇ ਅੰਦਰ ਖਿੱਚੋ, ਸਮਝ ਗਏ? ਕਰੋਨਾ ਇਹੋ ਜਿਹੀ ਭਿਆਨਕ ਬਿਮਾਰੀ ਆ, ਜੇ ਤੁਹਾਡੇ ਪਿੰਡ ਵਿੱਚ ਵੜ ਗਈ ਤੇ ਪਿੰਡ ਦਾ ਪਿੰਡ ਖਾਲੀ ਹੋ ਜੂ ਤੇ ਸਾਨੂੰ ਤੁਹਾਡੀਆਂ ਲਾਸ਼ਾਂ ਚੱਕਣੀਆਂ ਪੈਣਗੀਆਂ। ਇਹਦੇ ਨਾਲੋਂ ਅਸੀਂ ਡੰਡਾ ਚੱਕ ਲਈਏ ਉਹ ਵਧੀਆ, ਸਮਝ ਗਏ? ਅੱਜ ਤੋਂ ਬਾਅਦ ਘਰੇ ਬੈਠੋ, ਘਰੋਂ ਬਾਹਰ ਨਹੀਂ ਨਿਕਲਣਾ, ਨਾ ਬੱਚਿਆਂ ਨੂੰ ਨਿਕਲਣ ਦੇਣਾ, ਸਮਝ ਗਏ? ਚਲੋ ਤੁਸੀਂ ਵੀ ਸੁਣੋ, ਤੁਹਾਨੂੰ ਵੀ ਬੇਨਤੀ ਆ ਵੀ ਘਰਾਂ ਵਿੱਚ ਬੈਠੋ ਔਰ ਸੇਫ ਰਹੋ, ਆਪਣੇ ਬੱਚਿਆਂ ਨੂੰ ਵੀ ਅੰਦਰ ਰੱਖੋ, ਬਾਹਰ ਨਾ ਨਿਕਲਣ ਦਿਓ, ਨਾਲੇ ਆਪ ਬਚੋ ਨਾਲੇ ਦੂਜਿਆਂ ਨੂੰ ਬਚਾਓ। ਓ ਮੀਤਿਆ, ਓ ਮੀਤਿਆ, ਆ ਬਾਪੂ, ਓਏ ਆਪਣੇ ਫੁਕਰੇ ਦਾ ਹੀ ਪਤਾ ਲੈ ਲਓ ਕਿੱਥੇ ਦਫਾ ਹੋਇਆ ਹੈ। ਆਪੇ ਆ ਜਾਓ ਬਾਪੂ ਸੇਵਾ ਕਰਾ ਕੇ। ਸੇਵਾ ਕਰਾ ਕੇ ਹੀ ਰਾਜੀ ਆ ਤੁਸੀਂ ਉਹਦੀ? ਓ ਆ ਗਿਆ ਬਾਪੂ, ਲਾ ਆ ਗਿਆ ਜੋ ਆ ਗਿਆ। ਕਿਹਾ ਸੀ ਨਾ ਜਾ ਫਿਰ ਹੁਣ ਸੌਖਾ, ਮੈਂ ਕਿਹਾ ਨਾ ਜਾ ਬਾਹਰ ਕਰਾ ਲਈ ਸੇਵਾ, ਮੈਨੂੰ ਲੱਗਦੀ ਹੈ ਹੁਣ ਪੈ ਗਈ ਠੰਡ, ਕਸਰ ਤਾਂ ਨਹੀਂ ਰਹੇਗੀ ਬਾਕੀ ਕੋਈ। ਬਾਪੂ ਇੱਕ ਗੱਲ ਆ, ਪੰਜਾਬ ਪੁਲਿਸ ਵਾਲੇ ਨਾ ਸੇਵਾ ਬੜੇ ਮਾਨ ਲਾ ਕੇ ਕਰਦੇ। ਉਹ ਕੋਈ ਨਾ ਵੱਡੇ ਵੀਰ, ਕੇਲੇ ਤੋਂ ਤਿਲਕਿਆ ਤੇ ਸਰਕਾਰ ਦਾ ਝਿੜਕਿਆ, ਗੁੱਸਾ ਨਹੀਂ ਕਰੀਦਾ। ਹੁਣ ਫੇਰ ਪਾਰ ਭੇਜਦੇ ਨੂੰ ਲੈਣ ਨੂੰ ਮਸਾਲਾ। ਨਹੀਂ ਬਾਪੂ ਉਸ ਵੇਲੇ ਕੁੱਟਦੇ ਬਹੁਤ ਆ, ਹੁਣ ਹੀ ਜਾ ਆਪਣਾ ਅੰਦਰ ਜੇ ਸਮਝ ਆ ਗਈ ਹੈ ਤਾਂ। ਚਲੋ ਚਲੋ ਜਾਓ, ਸ਼ਾਬਾਸ਼ੇ। ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ, ਇਹ ਮਗਰੋਂ ਪਤਾ ਲੱਗਦਾ ਹੈ।
ਇਹਨੂੰ ਆਖਿਆ ਸੀ ਨਾ ਜਾ ਨਾ ਜਾ ਨਾ ਜਾ ਹੈ, ਅਖੀਰ ਸੇਵਾ ਕਰਾ ਕੇ ਹਟਿਆ। ਉਹ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੋਏ ਸਾਡੇ ਵਾਂਗੂ ਬਾਈ, ਸਾਡੇ ਵਾਲੇ ਵਾਂਗੂ ਸੇਵਾ ਨਾ ਕਰਾ ਕੇ ਆਇਓ ਹੈਂ, ਚੁੱਪ ਕਰਕੇ ਘਰੇ ਟਿਕ ਜਾਓ। ਇਹ ਤੁਹਾਡੀ ਭਲਾਈ ਵਾਸਤੇ ਪੁਲਿਸ ਖੜੀ ਹੈ, ਇਹ ਤੁਹਾਡੀ ਸੇਵਾ ਵਾਸਤੇ ਹੀ ਹੈ। ਉਵੇਂ ਕਰਾਉਣੀ ਉਵੇਂ ਕਰਾ ਲਓ, ਨਹੀਂ ਤਾਂ ਕਰੀ ਤਾਂ ਵਿਚਾਰੇ ਜਾਂਦੇ ਹੀ ਹੈ, ਆਪਣੇ ਵਾਸਤੇ ਫਿਰਦੇ ਧੱਕੇ ਖਾਂਦੇ। ਉਹ ਇਹ ਸਰਕਾਰ ਤੁਹਾਡੀ ਭਲਾਈ ਵਾਸਤੇ ਸਾਰਾ ਜ਼ੋਰ ਲਾਈ ਜਾਂਦੀ ਹੈ, ਉਹ ਕੁਝ ਨਾ ਕੋਈ ਸ਼ਰਮ ਖਾਓ ਯਾਰੋ, ਭਰਾਓ ਸ਼ਰਮ ਖਾਓ ਕੁਝ ਹੈਂ, ਅੰਦਰ ਵੜ ਜਾਓ ਜੇ ਬਚਣਾ ਤਾਂ। ਇਹ ਜਿਹੜੀ ਬਾਹਰੋਂ ਬਿਮਾਰੀ ਲੈਣ ਜਾਂਦੇ ਆ, ਬਾਹਰ ਕੀ ਰੱਖਿਆ ਮੈਨੂੰ ਦੱਸੋ ਖਾਂ, ਕੀੜੇ ਨਾ ਬਾਹਰ, ਕੀੜੇ ਨਾ ਬਾਹਰ, ਆ ਫੁਕਰੇ ਜਿਹੜੇ ਆ ਨਾ ਉਹ ਫਿਰਦੇ ਬਾਹਰ, ਸਿਆਣੇ ਬੰਦੇ ਅੱਜ ਘਰੇ ਬੈਠੇ ਆ, ਤੇ ਚੁੱਪ ਕਰਕੇ ਫੁਕਰਿਓ, ਬਹਿ ਜਾਓ ਬਹਿ ਜਾਓ ਬਹਿ ਜਾਓ, ਰੱਬ ਦਾ ਵਾਸਤਾ ਤੁਹਾਨੂੰ, ਬਹਿ ਜਾਓ ਰੱਬ ਦਾ ਵਾਸਤਾ ਬਹਿ ਜਾਓ। ਹਿੰਦੁਸਤਾਨ ਨਾ ਮਾਰਦੇ ਆ, ਜੇ ਕਿਤੇ ਸਾਰੇ ਹਿੰਦੁਸਤਾਨ ਦਾ ਹੀ ਬੇੜਾ ਗਰਕ ਕਰ ਦਿਓਗੇ, ਤੇ ਚੁੱਪ ਕਰਕੇ ਘਰੋਂ ਘਰੀ ਬਹਿ ਜਾਓ, ਕਿਉਂ ਨਵੀਂ ਮੁਸੀਬਤ ਖੜੀ ਕਰਦੇ ਆ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਇਸ ਕਰੋਨਾ ਵਾਇਰਸ ਬਾਰੇ ਬੜੀ ਤੇਜ਼ੀ ਨਾਲ ਸਾਰੀ ਦੁਨੀਆ ਵਿੱਚ ਇਹ ਬਿਮਾਰੀ ਫੈਲ ਰਹੀ ਹੈ। ਇਸ ਬਿਮਾਰੀ ਤੋਂ ਬਚਣ ਵਾਸਤੇ ਸਿਰਫ ਇੱਕੋ ਹੀ ਬਚਾਅ ਹੈ, ਘਰੇ ਰਹੋ, ਸੇਫ ਰਹੋ, ਆਪ ਬਚੋ ਤੇ ਦੂਜਿਆਂ ਨੂੰ ਬਚਾਓ, ਇਸੇ ਵਿੱਚ ਹੀ ਸਮਾਜ ਦੀ ਅਤੇ ਦੇਸ਼ ਦੀ ਭਲਾਈ ਹੈ।